ਦੱਸ ਗਏ ਸਨ ਮੈਂ ਜਿਹੜੇ ਫਾਇਰ ਸ਼ਾਇਰ ਉਹਨਾਂ ਨੇ ਕਾਲ ਸ਼ਾਲ ਡਿੱਗੇ ਸਨ ਉਹ ਪੁਲਿਸ ਚੁੱਕੇ ਲੱਭਦੇ ਰਹੇ ਕੋਈ ਸ਼ਾਇਰ ਨਹੀਂ ਲੱਭੀ ਉਹਦੇ ਫੋਨ ਦਾ ਵੀ ਯਾਰ ਫੋਨ ਦਾ ਬੰਦੇ ਕੋ ਪਰ ਕੰਮ ਕਿਸੇ ਤੇ ਘਰ ਦੀ ਦੇ ਦਾ ਉਹ ਲੱਭੇ ਨੇ ਆਹੋ ਉਹ ਦੱਸਣ ਦੇ ਬੰਦੇ ਆਂਦੇ ਜੀ ਪੁਲਿਸ ਲੈ ਗਈ ਇਸ ਦੁੱਖ ਦੀ ਘੜੀ 'ਚ ਸਾਰੇ ਸਾਡੀ ਬਿਸ਼ਪ ਸਾਹਿਬ ਔਰ ਅਸੀਂ ਸਾਰੇ ਮੇਰਾ ਨਾਂ ਅਕਮਲ ਭੱਟੀ ਹੈ ਸ਼ਬਾਜ਼ ਭੱਟੀ ਸਾਹਿਬ ਜਿਹੜੇ ਵਜ਼ੀਰ ਹੁੰਦੇ ਸਨ ਉਹਨਾਂ ਦਾ ਮੈਂ ਭਾਈ ਵੀ ਹਾਂ ਔਰ ਅਕਲੀਤਾਂ ਦੀ ਜਿਹੜੀ ਤਨਜ਼ੀਮ ਹੈ ਮਨੋਰਟੀ ਲਾਈਨਸ ਪਾਕਿਸਤਾਨ ਉਹਨੂੰ ਮੈਂ ਹੈਡ ਕਰ ਰਿਹਾ ਔਰ ਜਿੰਨੇ ਵੀ ਇਹੋ ਜਿਹੇ ਮਸਲੇ ਨੇ ਬਿਸ਼ਪ ਸਾਹਿਬ ਬੜੇ ਪਰੇਸ਼ਾਨ ਸਨ ਇਹਨਾਂ ਨੇ ਮੈਨੂੰ ਫੋਨ ਕੀਤਾ ਅਸੀਂ ਤੁਹਾਡੇ ਗਮ 'ਚ ਬਰਾਬਰ ਦੇ ਸ਼ਰੀਕ ਹਾਂ ਔਰ ਇਹਦੇ ਇਨਸਾਫ ਲੈਣ ਲਈ ਜਿੰਨੀ ਵੀ ਸਾਡੇ ਕੋਲੋਂ ਐਫਰਟਸ ਹੋ ਸਕੇ ਕੋਸ਼ਿਸ਼ ਅਸੀਂ ਜ਼ਰੂਰ ਕਰਾਂਗੇ ਲੇਕਿਨ ਇਹ ਵੇਖ ਕੇ ਮੈਂ ਸਮਝਣਾ ਕਿ ਅਸੀਂ ਅਕਸਰ ਇਸ ਗੱਲ ਤੋਂ ਪਰੇਸ਼ਾਨ ਹੁੰਦੇ ਹਾਂ ਕਿ ਅਸੀਂ ਕਮਜ਼ੋਰ ਹਾਂ ਮਾੜੇ ਹਾਂ ਸਾਡੇ ਨਾਲ ਕੋਈ ਨਹੀਂ ਖੜਾ ਹੁੰਦਾ ਇਸ ਗੱਲ ਤੋਂ ਬਿਲਕੁਲ ਨਹੀਂ ਘਬਰਾਉਣਾ ਕਿਉਂਕਿ ਜਦੋਂ ਇੱਕ ਇਨਸਾਨ ਦੀ ਜਾਨ ਹੀ ਲੈ ਜਾਂਦੀ ਤਾਂ ਉਸ ਤੋਂ ਵੱਡਾ ਕੀ ਸਦਮਾ ਹੋ ਸਕਦਾ ਅਕਸਰ ਮੈਂ ਦੇਖਿਆ ਕਿ ਸਾਡੀ ਬਰਾਦਰੀ ਤੋਂ ਉਦੋਂ ਕਈ ਸਾਡੇ ਰਿਸ਼ਤੇਦਾਰ ਜਾਗ ਪੈਂਦੇ ਨੇ ਕਈ ਸਾਡੇ ਚੌਧਰੀ ਜਾਗ ਪੈਂਦੇ ਨੇ ਜਿਹੜੇ ਆਉਂਦੇ ਨੇ ਸੁਲਾਹ ਕਰ ਲਓ ਹਾਲੇ ਬੱਚਿਆਂ ਦੀ ਕਬਰ ਦੀ ਮਿੱਟੀ ਵੀ ਖੁਸ਼ਕ ਨਹੀਂ ਹੁੰਦੀ ਅਤੇ ਅਸੀਂ ਇਸ ਚੱਕਰ 'ਚ ਪੈ ਜਾਂਦੇ ਹਾਂ ਮੇਰਾ ਖਿਆਲ ਹੈ ਕਿ ਨਹੀਂ ਸਾਨੂੰ ਇਨਸਾਫ ਲਈ ਲੜਨਾ ਚਾਹੀਦਾ ਮੇਰਾ ਤੇ ਤੁਹਾਨੂੰ ਮੁਤਾਲਬਾ ਹੋਏਗਾ ਕਿ ਅਸੀਂ ਤੁਹਾਡੇ ਨਾਲ ਕਿਸੇ ਜਗ੍ਹਾ ਕੋਈ ਕਮੀ ਆਉਂਦੀ ਹੈ ਕੋਈ ਅਦਾਲਤੀ ਮਾਮਲੇ ਕੋਈ ਥਾਣੇ 'ਤੇ ਅਸੀਂ ਤੁਹਾਡੇ ਨਾਲ ਮਤਲਬ ਹਰ ਤਰ੍ਹਾਂ ਦੀ ਸਪੋਰਟ ਕਰਨ ਲਈ ਤਿਆਰ ਹਾਂ ਇਸ ਗੱਲੋਂ ਤੁਸੀਂ ਬਿਲਕੁਲ ਨਹੀਂ ਘਬਰਾਉਣਾ ਸਾਡੀ ਮੈਂ ਮੇਰੀ ਜਮਾਤ ਮਨੋਰਟੀ ਲਾਈਨਸ ਪਾਕਿਸਤਾਨ ਅਸੀਂ ਬਿਲਕੁਲ ਤੁਹਾਡੇ ਨਾਲ ਫੈਸਲਾਬਾਦ ਮੇਰਾ ਦਫ਼ਤਰ ਹੈ ਤੁਹਾਡੇ ਨਾਲ ਅਸੀਂ ਰਾਬਤਾ ਕਰ ਲਾਂਗੇ ਕਦੀ ਵੀ ਹੋਏ ਮਾਮਲਾ ਤੁਸੀਂ ਉੱਥੇ ਦਫ਼ਤਰ ਆਉਣਾ ਹੋਏ ਮੋਸਟ ਵੈਲਕਮ ਇਹਦੇ ਕੇਸ ਅਸੀਂ ਔਰ ਇਹਦੀ ਤੁਹਾਨੂੰ ਜਿਹੜੀ ਅਗਰ ਕੇਸ ਲੜਨ ਦੀ ਉਹ ਬਿਲਕੁਲ ਅਸੀਂ ਲੜਾਂਗੇ ਠੀਕ ਹੈ ਨਾ ਅਤੇ ਬਿਲਕੁਲ ਤੁਹਾਨੂੰ ਇਨਸਾਫ ਲੈ ਕੇ ਜਾਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਇਹਦੇ ਬੱਚੇ ਦੇ ਕਾਤਲ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਏ ਲੇਕਿਨ ਅਸੀਂ ਫਰਜ਼ ਇਹ ਕਿ ਅਸੀਂ ਫਾਂਸੀ ਉਦੋਂ ਹੀ ਕਿਸੇ ਨੂੰ ਦਵਾ ਸਕਦੇ ਜਦੋਂ ਅਸੀਂ ਡਟ ਕੇ ਖੜੇ ਹੋਵਾਂਗੇ ਜਦੋਂ ਆਪਣੇ ਮੌਕਫ ਤੇ ਖੜੇ ਹੋਵਾਂਗੇ ਠੀਕ ਹੈ ਤੇ ਬਿਲਕੁਲ ਇਹ ਵਿਚਾਰੇ ਮਾਸੂਮ ਦੀ ਜਿੰਨੇ ਜਾਨ ਲਈ ਸਾਨੂੰ ਉਹਨਾਂ ਨੂੰ ਪਹਿਲਾਂ ਸਾਡਾ ਡਿਮਾਂਡ ਇਨਸਾਫ ਹੋਣਾ ਚਾਹੀਦਾ ਕਿ ਸਾਡਾ ਖੁਦਾ ਜਿਹੜਾ ਇਨਸਾਫ ਦੀ ਗੱਲ ਕਰਦਾ ਹੱਕ ਸੱਚ ਦੀ ਗੱਲ ਕਰਦਾ ਤੇ ਅਸੀਂ ਤੁਹਾਡੇ ਨਾਲ ਆ ਬਿਸ਼ਪ ਸਾਹਿਬ ਮੈਂ ਅਸੀਂ ਸਾਰੀ ਟੀਮ ਸਾਡੀ ਨਾਲ ਹੈ ਤੇ ਅਸੀਂ ਤੁਹਾਡੇ ਦੁੱਖ 'ਚ ਸਭ ਤੋਂ ਪਹਿਲਾਂ ਬਰਾਬਰ ਦੇ ਸ਼ਰੀਕ ਹਾਂ ਇਹਦੇ ਇਨਸਾਫ ਲਈ ਅਸੀਂ ਹਰ ਜਗ੍ਹਾ ਤੁਹਾਡੇ ਨਾਲ ਖੜੇ ਹੋਵਾਂਗੇ ਤੇ ਤੁਸੀਂ ਬਿਲਕੁਲ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ ਠੀਕ ਹੈ ਬਿਲਕੁਲ ਆਪਣੇ ਆਪ ਨੂੰ ਮਜ਼ਬੂਤ ਰੱਖਣਾ ਕਿਸੇ ਦੀ ਵੀ ਕੋਈ ਪ੍ਰੋਬਲਮ ਹੁੰਦੀ ਉਹ ਸਾਡੇ ਨਾਲ ਸ਼ੇਅਰ ਕਰਨੀ ਹੈ ਇਨਸ਼ਾਅੱਲਾ ਅਸੀਂ ਤੁਹਾਨੂੰ ਕਿਸੇ ਦਬਾਅ 'ਚ ਨਹੀਂ ਆਉਣ ਦਾਂਗੇ ਕਿਸੇ ਮੁਸ਼ਕਲ 'ਚ ਨਹੀਂ ਆਉਣ ਦਾਂਗੇ ਕਿਸੇ ਕਿਸਮ ਦੀ ਪ੍ਰੋਬਲਮ ਹੋਈ ਉਹ ਅਸੀਂ ਉਹਨੂੰ ਫੇਸ ਕਰਾਂਗੇ ਤੁਹਾਡੇ ਅੱਗੇ ਲਾ ਤੇ ਬਾਲਾ ਖੁਦਾਵੰਦ ਤੁਹਾਡੇ ਨਾਲ ਹੋਏ ਤੇ ਮੈਨੂੰ ਉਮੀਦ ਹੈ ਕਿ ਅਸੀਂ ਪੁਲਿਸ ਨੂੰ ਵੀ ਮਿਲਾਂਗੇ ਪੁਲਿਸ 'ਤੇ ਵੀ ਦਬਾਅ ਪਾਵਾਂਗੇ ਕੋਈ ਜਿਹੜੇ ਨਾ ਕਾਤਲ ਨੇ ਜਿਹੜੇ ਹਾਲੇ ਤੱਕ ਫੜੇ ਨਹੀਂ ਜਾ ਰਹੇ ਉਹਨਾਂ ਨੂੰ ਛੇਤੀ ਤੋਂ ਛੇਤੀ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਸ਼ੇਅਰ ਕਰਨੀ ਕੱਲ ਨੂੰ ਮੇਰਾ ਨਾਮ ਨਾ ਅੱਗੇ ਆ ਜੇ ਸਾਡੀ ਪਾਰਟੀ ਸਾਡੀ ਵਕਲਾ ਨੇ ਸਾਡੇ ਨਾਲ ਕਿਸੇ ਨੇ ਕਿਸੇ ਗੱਲ ਤੋਂ ਡਰਨਾ ਨਹੀਂ ਹੈ ਜੋ ਕੁਛ ਕਿਸੇ ਨੂੰ ਪਤਾ ਹੈ ਬਿਸ਼ਪ ਸਾਹਿਬ ਨਾਲ ਸ਼ੇਅਰ ਨਹੀਂ ਕਰ ਸਕਦਾ ਪਰਸਨਲੀ ਉਹ ਸਾਡੇ ਨਾਲ ਸ਼ੇਅਰ ਕਰ ਲਏ ਸਾਡਾ ਚੈਂਬਰ ਹੈ ਦਫ਼ਤਰ ਹੈ ਉੱਥੇ ਕਚਹਿਰੀਆਂ ਜੇ ਸ਼ੇਅਰ ਕਰ ਲਏ ਲੇਕਿਨ ਜੋ ਕੁਛ ਤੁਹਾਡੇ ਦਿਲ ਦੇ ਅੰਦਰ ਹੈ ਤੁਸੀਂ ਹਰ ਗੱਲ ਸਾਡੇ ਨਾਲ ਸ਼ੇਅਰ ਕਰਨੀ ਤਾਂ ਕਿ ਜਿਹੜਾ ਛੋਟਾ ਜਿਹਾ ਪੁਆਇੰਟ ਹੈ ਉਹ ਵੀ ਸਾਨੂੰ ਬੜੀ ਦੂਰ ਲੈ ਕੇ ਜਾ ਸਕਦਾ ਹੈ ਇਹ ਸਨੀ ਦਾ ਤੁਹਾਡੇ 'ਤੇ ਇੱਕ ਅਹਿਸਾਨ ਹੋਏਗਾ ਅਗਰ ਤੁਹਾਨੂੰ ਪਤਾ ਹੈ ਕਿ ਸਨੀ ਦੀ ਕਿਸੇ ਦੇ ਨਾਲ ਕੋਈ ਚੱਪਕਲਸ ਚੱਲ ਰਹੀ ਸੀ ਬਿਸ਼ਪ ਸਾਹਿਬ ਇੱਥੇ ਨਹੀਂ ਸਨ ਭੱਟੀ ਸਾਹਿਬ ਇੱਥੇ ਨਹੀਂ ਸਨ ਮੈਂ ਇੱਥੇ ਨਹੀਂ ਸਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਣੇ ਭਰਾ ਨੂੰ ਇਨਸਾਫ ਦਿਵਾਉਣ ਲਈ ਤੁਸੀਂ ਸਾਡੇ ਨਾਲ ਵੀ ਖਲੋਣਾ ਹੈ ਤੇ ਕਿਸੇ ਚੌਧਰੀ ਕੋ ਜਾਂ ਕਿਸੇ ਚੱਠੇ ਕੋ ਤੁਸੀਂ ਡਰਨਾ ਨਹੀਂ ਹੈ ਅਸੀਂ ਤੁਹਾਡੇ ਨਾਲ ਖਲੋਵਾਂਗੇ ਸਾਡਾ ਗਯੂਰ ਖੁਦਾ ਹੈ ਤੇ ਗੈਰਤਮੰਦ ਖੁਦਾ ਹੈ ਤੁਸੀਂ ਇਹ ਗੈਰਤ ਮਸੀਹ ਗੈਰਤ ਆਪਣੇ ਅੰਦਰ ਰੱਖਦਿਆਂ ਹੋਇਆ ਸਾਡਾ ਸਾਥ ਦੇਣਾ